ਸਤਿਗੁਰ ਸਾਰਿਆਂ ਮੇਰੀਆਂ ਭੈਣਾਂ ਨੂੰ ਭਰਾਵਾਂ ਨੂੰ ਅੱਜ ਮੈਚ ਖੇਡਣ ਆਪਾਂ ਬਹੁਤ ਦੂਰ ਆਏ ਹੋਏ ਆ ਹੁਸ਼ਿਆਰਪੁਰ ਏਰੀਆ ਦਾ ਪਿੰਡ ਹੈਗਾ ਜੀ ਭਾਮ ਤੇ ਪਹਿਲਾਂ ਵੀ ਪਿਛਲੇ ਸਾਲ ਇੱਥੇ ਆਪਾਂ ਮੇਜਰ ਲੀਗ ਦਾ ਕੱਪ ਖੇਡੇ ਆ ਤੇ ਇੱਥੇ ਆਪਾਂ ਮੋਟਰਸਾਈਕਲ ਵੀ ਜਿੱਤਿਆ ਸੀ ਉਹ ਵੀ ਹੁਣ ਕੱਪ ਮੇਰੇ ਹਿਸਾਬ ਨਾਲ ਆਊਗਾ ਜਨਵਰੀ ਫਰਵਰੀ ਸ਼ਾਇਦ ਹੁੰਦਾ ਉਦੋਂ ਕੱਪ ਹੋਊਗਾ ਤੇ ਅੱਜ ਆਪਣਾ ਹੈਗਾ ਜੀ ਇੱਥੇ ਸ਼ੋਅ ਮੈਚ ਆਪਾਂ ਵੇ ਆਫ ਪਲੰਟੀ ਨਿਊਜ਼ੀਲੈਂਡ ਦੀ ਟੀਮ ਲਈ ਖੇਡਣ ਆਏ ਆ ਤੇ ਮੈਚ ਆਪਣਾ ਹੈਗਾ ਜੀ ਅੱਜ ਰਾਇਲ ਕਿੰਗ ਯੂ ਐਸ ਏ ਦੀ ਟੀਮ ਦੇ ਨਾਲ ਬਹੁਤ ਤਕੜਾ ਮੈਚ ਆ ਸ਼ੋਅ ਮੈਚ ਬਾਕੀ ਇੱਥੇ ਹੁਸ਼ਿਆਰਪੁਰ ਲੀਗ ਦੇ ਮੈਚ ਚੱਲ ਰਹੇ ਆ ਉਹਨਾਂ ਦੇ ਮੇਰੇ ਸਾਹਮਣੇ ਜਦੋਂ ਫਾਈਨਲ ਹੋਣਾ ਉਸ ਤੋਂ ਪਹਿਲਾਂ ਆਪਣਾ ਮੈਚ ਕਰਾਉਣਗੇ ਸ਼ੋਅ ਮੈਚ ਅਤੇ ਅੱਜ ਤੁਹਾਨੂੰ ਦਿਖਾਉਣੇ ਆ ਆਪਾਂ ਮੈਚ ਸ਼ੋਅ ਮੈਚ ਥੋੜ੍ਹੇ ਟਾਈਮ ਤੱਕ ਅਤੇ ਮਿਲਦੇ ਹਾਂ ਗਰਾਊਂਡ 'ਚ ਇੱਥੇ ਆਪਾਂ ਜੀ ਮੋਟਰਸਾਈਕਲ ਜਿੱਤਿਆ ਸੀ ਆਪਣੇ ਤਿੰਨਾਂ ਜੱਫਿਆਂ 'ਤੇ ਲੱਗਾ ਸੀ ਮੋਟਰਸਾਈਕਲ ਅਤੇ ਇੱਥੇ ਸਾਰੇ ਪਲੇਅਰਾਂ ਦੇ ਦੋ ਤਿੰਨ ਚਾਰ ਹੋਰ ਪਲੇਅਰਾਂ 'ਤੇ ਵੀ ਲੱਗੇ ਸੀ ਮੋਟਰਸਾਈਕਲ 'ਤੇ ਆਪਾਂ ਤਿੰਨ ਜੱਫੇ ਲਾ ਕੇ ਮੋਟਰਸਾਈਕਲ ਜਿੱਤਿਆ ਸੀ ਅਤੇ ਫਾਈਨਲ ਮੈਚ ਦੇ ਵਿੱਚ ਹੀ ਬੈਸਟਰ ਨੂੰ ਰੇਡਰ ਨੂੰ ਜਾਫੀ ਨੂੰ ਮੋਟਰਸਾਈਕਲ ਪਰ ਆਪਾਂ ਅੱਧੇ ਨੰਬਰ 'ਤੇ ਹਾਰ ਗਏ ਸੀ ਸੈਮੀਫਾਈਨਲ ਇੱਥੇ ਅਤੇ ਆਪਾਂ ਪਿਛਲੇ ਸਾਲ ਆਏ ਸੀ ਇੱਥੇ ਖੇਡਣ ਅਤੇ ਇਸ ਵਾਰ ਹੁਣ ਦੁਬਾਰਾ ਆਏ ਹਾਂ ਅਤੇ ਫਿਰ ਸਿਆਲ ਦੇ ਵਿੱਚ ਆਉਣਾ ਆਪਾਂ ਖੇਡਣਾ ਖਿਡਾਰੀਆਂ ਨੂੰ ਬੇਨਤੀ ਹੈ ਕਿ ਉਹ ਗਰਾਊਂਡ ਵਿੱਚ ਐਂਟਰ ਹੋ ਕੇ ਲਾਈਨ ਅਪ ਹੋ ਜਾਣ ਤਾਂ ਜੋ ਸਾਡੇ ਇਸ ਪ੍ਰੋਗਰਾਮ ਡਾਕਟਰ ਜਤਿੰਦਰ ਜੀ ਆਪਣੇ ਸਾਥੀਆਂ ਸਮੇਤ ਗਰਾਊਂਡ ਵਿੱਚ ਆ ਜਾਣ ਡਾਕਟਰ ਰਵਜੋਤ ਜੀ ਆਪਣੇ ਸਾਥੀਆਂ ਸਮੇਤ ਗਰਾਊਂਡ ਵਿੱਚ ਆ ਜਾਣ ਜਦੋਂ ਦੋਨੋਂ ਟੀਮਾਂ ਵਿਦੇਸ਼ਾਂ ਦੀ ਧਰਤੀ ਤੇ ਭੇਜਿਆ ਇਹਨਾਂ ਦੇ ਸਾਥੀ ਜਿੰਨੇ ਵੀ ਖੇਡ ਪ੍ਰਮੋਟਰ ਨੇ ਪਲੀਜ਼ ਬੇਨਤੀ ਹੈ ਵੀ ਮੈਚ ਜਿਹੜਾ ਜਲਦੀ ਦੇ ਨਾਲ ਸ਼ੁਰੂ ਕੀਤਾ ਜਾਵੇ ਬੇਨਤੀ ਹੈ ਵੀ ਮੈਚ ਜਿਹੜਾ ਜਲਦੀ ਦੇ ਨਾਲ ਸ਼ੁਰੂ ਕੀਤਾ ਜਾਵੇ ਔਰ ਥੋੜਾ ਇੰਤਜ਼ਾਰ ਹੈ ਫਿਰ ਮੈਚ ਦੀ ਸ਼ੁਰੂਆਤ ਹੋਵੇਗੀ ਮੇਰੇ ਵੀਰੋ ਐਨ ਪਹਿਲਾਂ ਅਮਨ ਲੋਕੋ ਨੇ ਦੱਸਿਆ ਵੀ ਦੋਨੋਂ ਟੀਮਾਂ ਦੇ ਵਿੱਚ ਚੋਟੀ ਦੇ ਖਿਡਾਰੀ ਪੁੱਜੇ ਹੋਏ ਆ ਪਹਿਲੀ ਖੇਡ ਮੈਦਾਨ ਦੇ ਵਿੱਚ
ਹੈਗੀ ਆ ਮੇਰੇ ਵੀਰੋ ਪਹਿਲੀ ਰੇਡ ਹੱਥ ਜੋੜ ਮੱਥਾ ਟੇਕ ਪਹਿਲੀ ਰੇਡ ਪਾਈ ਹੋਵੇ ਲੱਗਦਾ ਜੱਫਾ ਦੇਖ ਤਾਰੀ ਲੋਕਾਂ ਨੇ ਵਜਾਈ ਹੋਵੇ मार के कट जो बार लाइन ते करदा फिर दिल गान कर गल लो तुरजी वाला दीप आया मेरे वीर तुरजी वाला दीप कबड्डी भाड़े पर चारा दे विचो चोले वाला अर्श सुखमा ने टीटीओ ओ करदा टक्कर मकार रहा सख्त लग्या जोर कबड्डी कबड्डी बंदे हुए शरीर जवाना दे जेड़े पासे नंगन चर्चे होर जवाना दे पर आ मैच भाव फिरदा यादगारी मैच बन जाना और कई दिन तक चलना चलान कट दो भारी झोले वाले मुंडे की कौडी सरदारी और डीटीओ चलान कट दिया चलान कट दारी हूं वेखना भी चूड़ चक्की है बंद सदमा बारे पीड़े बंद समेत वाले सौ रुपये का स्पेशल प्राइज है सरदार हरि सिंह भाव से बलप्रीत भाव वालों आओ सामने दीप दुर्गी अर्श चोले वाला इसलिए बधाया इक्की सौ सरदार हरि सिंह भाव बलप्रीत भाव न्यूजीलैंड है इक्की सौ रेल से लगे हुआ है इक्की सौ ने दो जफे है माझे ने स्टार भिड़ते हैं और डीजे डीजे ते दीप दीप है दुर्गी वाला है दुर्गी रंगदास की धरती का घोड़ा खेल मैदान कुछ बजा हुआ चार राही उधरले पासे भी तैयार है हुण राशना पंगा पै गया मेरे वीरो चोले वाला सुखमन अर्श हाँ बाबे कपूर सिंह का पोता है करण सिंह का पुत्र है पर घोड़ा बाकी को समा शीलू हरियाणे का दुनिया के धुम्मा पाई है आओ दीप इस वे कहते कबड्डी पा रहा डीटीओ ना पंगा फो डीटीओ ना पंगा फो डीटीओ ना पंगा फो डीटीओ ना पंगा फो आ मुंडा बाहर आए दलेर आओ सामने नौजवान रमन कबड्डी भा रहा है तेलू वीर गल कर रहा है लाओ रमन उस वे बलिया की धरती का मेरे वीर साबी का पेंडू है ला ला के मारदा मुंडा चीतो जी के नाम राजे जी उन्होंने विशेष तौर पर धन्यवाद राजे चोपड़ा जी जिन्हें सर जमीन के उपर इस वे कहते कबड्डी टूरनामेंट भी चल रहे पक्के तौर पर कैंप भी लगे हुआ है मेरे वीर पर आ देखा भी इधर पास भाजी दूसरा मैच तेलू भाजी फड़ा लियो चाहिए दस दिन बेस्ट रेडियो दस उस बेस्ट रेडियो के फिर जाफी सुखमन हर्ष चोला साहब वेस्टां लई 51 कमेटी साहब पैसे भाई फोटो करा दे।